ਹੁਣ ਤੱਕ ਗੱਲ ਕਰ ਰਹੇ ਸੀ ਕਾਂਗਰਸ ਦੀ ਜਿਹੜੀ ਟਿਕਟ ਵੰਡ ਹੋਈ ਹੈ ਉਸ ਤੋਂ ਬਾਅਦ ਚੱਲ ਰਹੀ ਨਾਰਾਜ਼ਗੀਆਂ ਦੀ ਪਰ ਹੁਣ ਜਿਹੜੇ ਨਾਰਾਜ਼ ਹੋ ਰਹੇ ਆ ਉਹਨਾਂ ਨੂੰ ਮਨਾਉਣ ਦਾ ਵੀ ਸਿਲਸਿਲਾ ਲੱਗਦਾ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਮਿਲਣ ਲਈ ਰਾਜਕੁਮਾਰ ਵੀਰਕਾ ਪਹੁੰਚੇ ਮਹਿੰਦਰ ਕੇਪੀ ਨੂੰ ਮਨਾਉਣ ਦੇ ਲਈ ਰਾਜਕੁਮਾਰ ਵੀਰਕਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਪਾਰਟੀ ਤੋਂ ਟਿਕਟ ਨਾ ਮਿਲਣ ਤੋਂ ਦੱਸ ਦਈਏ ਕਿ ਮਹਿੰਦਰ ਸਿੰਘ ਕੇਪੀ ਖਫਾ ਨੇ ਆਦਮਪੁਰ ਤੋਂ ਟਿਕਟ ਮੰਗ ਰਹੇ ਸੀ ਪਰ ਆਦਮਪੁਰ ਤੋਂ ਟਿਕਟ ਐਲਾਨ ਦਿੱਤੀ ਔਰ ਸਾਡੇ ਪੱਤਰਕਾਰ ਰਾਜੀਵ ਵਧਵਾ ਫੋਨ ਲਾਈਨ 'ਤੇ ਜਾਣਕਾਰੀ ਸਾਂਝ ਪਾਉਣਗੇ ਰਾਜੀਵ ਰਾਜਕੁਮਾਰ ਵੀਰਕਾ ਹੋਰਾਂ ਦਾ ਇਹ ਮਿਲਣ ਦਾ ਜੋ ਸਿਲਸਿਲਾ ਹੈ ਕਿਸੇ ਨਤੀਜੇ ਲੱਗ ਗਏ ਆ ਜੀ ਦੇਖੋ ਨਵਜੋਤ ਜਿੱਦਾਂ ਹੁਣ ਨਾਰਾਜ਼ਗੀ ਇਹਨਾਂ ਨੇ ਖੁੱਲ੍ਹ ਕੇ ਜ਼ਾਹਿਰ ਕੀਤੀ ਸੀ ਮੀਡੀਆ ਦੇ ਅੱਗੇ ਆ ਕੇ ਅੱਜ ਖੁੱਲ੍ਹ ਕੇ ਇਹਨਾਂ ਨੇ ਸਾਰਾ ਦਿਨ ਹੀ ਆਪਣੀ ਨਾਰਾਜ਼ਗੀ ਨੂੰ ਪ੍ਰਗਟ ਕਰਦੇ ਰਹੇ ਕਿ ਮੈਂ ਪਾਰਟੀ ਛੱਡ ਜਾਵਾਂਗਾ ਅਗਰ ਮੈਨੂੰ ਪਾਰਟੀ ਨੇ ਬਣਨ ਦਾ ਹੱਕ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਵੀਰਕਾ ਜਿਹੜੇ ਆਪਣੇ ਅੰਮ੍ਰਿਤਸਰ ਦੇ ਆਪਣੇ ਵਿਧਾਇਕ ਹਨ ਉਧਰੋਂ ਉਤਰੀ ਦੇ ਉਧਰੋਂ ਪਹੁੰਚੇ ਜਲੰਧਰ ਪਹੁੰਚੇ ਨੇ ਤੇ ਸਪੈਸ਼ਲ ਖਾਸ ਤੌਰ ਤੇ ਇਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਕਰਨ ਤੋਂ ਹੁਣ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਕੁਝ ਪਲ ਪਹਿਲਾਂ ਆਪਣੀ ਗੱਡੀ 'ਚ ਬਿਠਾ ਕੇ ਆਪਣੇ ਨਾਲ ਵੀ ਫਿਲਹਾਲ ਮਹਿੰਦਰ ਸਿੰਘ ਕੇਪੀ ਨੂੰ ਲੈ ਗਏ ਹਨ ਤੇ ਗੱਲ ਕਰੀਏ ਆਪਾਂ ਪਹਿਲਾਂ ਅਗਰ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਕੇਪੀ ਸਾਹਿਬ ਨਾਰਾਜ਼ ਹੋਏ ਸਨ ਤੇ ਮੈਂ ਆਪਣੇ ਜਿਹੜੇ ਮੌਜੂਦਾ ਉਸ ਟਾਈਮ ਦੇ ਮੌਜੂਦਾ ਜਿਹੜੇ ਸੀਐਮ ਸਨ ਉਹ ਵੀ ਇਹਨਾਂ ਦੇ ਘਰ ਪਹੁੰਚੇ ਸਨ ਮਨਾਉਣ ਵਾਸਤੇ ਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਮੰਨ ਗਏ ਸਨ ਤੇ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਆਪਣਾ ਕੰਮ ਕੀਤਾ ਸੀ ਜੀ ਜੀ ਰਾਜੀਵ ਜਾਣਕਾਰੀ ਸਾਂਝ ਪਾਉਣ ਲਈ ਸ਼ੁਕਰੀਆ ਕਾਂਗਰਸ